ਸਾਸਰੀਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਸਟਰ ਕਲਾਸਿਸ। ਸ਼ੁਰੂ ਕਰਦੇ ਹਾਂ ਅੱਜ ਦੇ ਕਰੰਟ ਫੇਸ ਦੇ ਨਾਲ। ਲੈਕਚਰ ਦੀ PDF ਤੁਸੀਂ ਸਾਡੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾ ਕੇ ਲੈ ਸਕਦੇ ਹੋ। ਸਭ ਤੋਂ ਪਹਿਲੀ ਨਿਊਜ਼ ਆ ਗਿਆ ਜੀ ਨੈਸ਼ਨਲ ਪੈਨਸ਼ਨ ਸਕੀਮ ਦੇ ਬਾਰੇ। ਨਿਊਜ਼ ਇਹ ਹੈ ਜੀ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ, ਜੋ ਕਿ ਇਸ ਸਕੀਮ ਨੂੰ ਇੰਪਲੀਮੈਂਟ ਕਰਨ ਦਾ ਕੰਮ ਕਰਦੀ ਹੈ, ਉਹਨਾਂ ਨੇ ਹੁਣ ਪਰਮਿਸ਼ਨ ਦੇ ਦਿੱਤੀ ਵੀ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਜਿਹੜੇ ਕਿ OCI ਕਾਰਡ ਹੋਲਡਰਸ ਹੁੰਦੇ ਨੇਗੇ ਤੇ NRI ਲੋਕ ਹੋ ਗਏ, ਇਹ ਹੁਣ NPS ਯਾਨੀ ਕਿ ਨੈਸ਼ਨਲ ਪੈਨਸ਼ਨ ਸਕੀਮ ਦੇ ਟਾਇਰ 1 ਅਕਾਊਂਟ ਦੇ ਵਿੱਚ ਆਪਦਾ ਪੈਸਾ ਇਨਵੈਸਟ ਕਰ ਸਕਦੇ ਨੇਗੇ। ਹੁਣ NPS ਸਕੀਮ ਹੈਗੀ ਕੀ ਹੈ ਤੇ ਟਾਇਰ 1 ਅਕਾਊਂਟ, ਟਾਇਰ 2 ਅਕਾਊਂਟ, ਇਹ ਅਕਾਊਂਟ ਕੀ ਹੁੰਦੇ ਨੇਗੇ, ਇਹਨਾਂ ਬਾਰੇ ਆਪਾਂ ਸਮਝਦੇ ਹਾਂ। ਬਟ ਪਹਿਲਾਂ OCI ਲੋਕਾਂ ਬਾਰੇ ਮੈਂ ਤੁਹਾਨੂੰ ਮਾੜਾ ਜਿਹਾ ਚਾਨਣ ਦੇਦਾ। ਇਹ ਉਹ ਲੋਕ ਹੁੰਦੇ ਨੇ ਜਿਹੜੇ ਓਰੀਜਨ ਇਹਨਾਂ ਦਾ ਇੰਡੀਆ ਦਾ ਹੁੰਦਾ, ਬਟ ਅੱਜ ਦੇ ਸਮੇਂ ਇਹ ਕਿਸੇ ਹੋਰ ਕੰਟਰੀ ਦੇ ਸਿਟੀਜ਼ਨ ਨੇਗੇ। ਬਟ ਇਹਨਾਂ 'ਚ ਕਈ OCI ਜਿਹੜੇ ਸਿਟੀਜ਼ਨ ਨੇਗੇ, ਉਹ ਸਿਟੀਜ਼ਨ ਤਾਂ ਕਿਸੇ ਹੋਰ ਕੰਟਰੀ ਦੇ ਹੁੰਦੇ ਨੇ, ਫਰਜ਼ ਕਰੋ ਆਸਟ੍ਰੇਲੀਆ, ਕੈਨੇਡਾ, ਕਿਸੇ ਵੀ ਕੰਟਰੀ ਦੇ। ਬਟ ਉਹ ਜਦੋਂ ਥੋੜ੍ਹਾ ਜਿਹਾ ਟਾਈਮ ਲੰਘ ਜਾਂਦਾ ਆਪਦੀ ਕੰਟਰੀ ਦੇ ਵਿੱਚ ਵਾਪਸ ਆ ਜਾਂਦੇ ਨੇ, ਤੇ ਮੁੜ ਕੇ ਉਹ ਆਪਦੀ ਕੰਟਰੀ ਦੇ ਵਿੱਚ ਜਾਂਦੇ ਨਹੀਂ ਜਿਹੜੀ ਕੰਟਰੀ ਦੇ ਉਹ ਸਿਟੀਜ਼ਨ ਹੁੰਦੇ ਨੇਗੇ, ਇੰਡੀਆ ਦੇ ਵਿੱਚ ਆ ਜਾਂਦੇ ਨੇ। ਕਿਉਂ ਆ ਜਾਂਦੇ ਨੇ? ਕਿਉਂਕਿ ਉਹਨਾਂ ਕੋਲ ਲਾਈਫ ਲੌਂਗ ਵੀਜ਼ਾ ਹੁੰਦਾ। ਇਹ ਆਪਣੇ ਇੰਡੀਆ ਦੇ ਸਿਟੀਜ਼ਨਸ਼ਿਪ ਐਕਟ ਦੇ ਵਿੱਚ ਇਹ ਗੱਲਾਂ ਲਿਖੀਆਂ ਹੋਈਆਂ ਨੇ। ਹੁਣ ਉਹਨਾਂ ਲੋਕਾਂ ਦੇ ਲਈ ਸਰਕਾਰ ਨੇ ਬਹੁਤ ਵਧੀਆ ਮੌਕਾ ਦਿੱਤਾ, ਆਪਦਾ ਪੈਸਾ ਇਨਵੈਸਟ ਕਰ ਸਕਦੇ ਨੇ ਇਸ ਸਕੀਮ ਦੇ ਵਿੱਚ। ਇਹਦੇ ਨਾਲ ਸਰਕਾਰ ਦੇ ਫੰਡ ਦੇ ਵਿੱਚ ਵੀ ਥੋੜ੍ਹਾ ਜਿਹਾ, ਮਤਲਬ ਸਰਕਾਰ ਕੋਲ ਵੀ ਚੰਗਾ ਖਾਸਾ ਫੰਡ ਇਕੱਠਾ ਹੋਜੂਗਾ ਮੌਕੇ ਤੇ ਕੰਮ ਸਾਰਨ ਦੇ ਲਈ, ਤੇ ਇਹਨਾਂ ਲੋਕਾਂ ਨੂੰ ਵੀ ਪੈਨਸ਼ਨ ਦੇ ਰੂਪ ਦੇ ਵਿੱਚ ਪੈਸਾ ਮਿਲ ਸਕੂਗਾ। ਹੁਣ ਗੱਲ ਕਰਦੇ ਹਾਂ ਜੀ ਨੈਸ਼ਨਲ ਪੈਨਸ਼ਨ ਸਕੀਮ ਬਾਰੇ। ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਤਾਂ ਇਹ ਸਕੀਮ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਤੁਹਾਨੂੰ ਉਦਾਂ ਵੀ ਪਤਾ ਹੋਣਾ ਚਾਹੀਦਾ ਕਿਉਂਕਿ ਤੁਸੀਂ ਸਾਰੇ ਜਲਦ ਹੀ ਹੁਣ ਸਰਕਾਰੀ ਮੁਲਾਜ਼ਮ ਲੱਗ ਜਾਓਗੇ ਤੇ ਇਹ ਤੁਹਾਡੇ ਜਿਹੜੇ ਪੈਨਸ਼ਨ ਖਾਤੇ ਇਸ ਸਕੀਮ ਦੇ ਅੰਦਰ ਖੁੱਲਣਗੇ। ਬਾਹਲੀ ਡੀਪ ਆਪਾਂ ਇਹਨੂੰ ਸਮਝਦੇ ਨਹੀਂ ਹੈਗੇ, ਬਸ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਜਿੰਨੀ ਕਿ ਆਪਾਂ ਨੂੰ ਸਮਝ ਦੀ ਲੋੜ ਹੈ ਆਪਾਂ ਇਸ ਸਕੀਮ ਨੂੰ ਓਨਾ ਹੀ ਸਮਝਾਂਗੇ। ਜ਼ਿਆਦਾ ਡਿਟੇਲ ਦੇ ਵਿੱਚ ਭਾਈ ਜਦੋਂ ਤੁਸੀਂ ਮੁਲਾਜ਼ਮ ਲੱਗ ਜਾਓਗੇ ਉਦੋਂ ਸਮਝ ਲਓ ਉੱਥੇ ਜਾ ਕੇ ਇਹ ਸਕੀਮ। ਤਾਂ ਜਿਹੜੀ ਇਹ ਨੈਸ਼ਨਲ ਪੈਨਸ਼ਨ ਸਕੀਮ ਹੈ ਇਹਨੂੰ ਸਰਕਾਰ ਨੇ 1 ਜਨਵਰੀ 2004 ਤੋਂ ਲਾਂਚ ਕੀਤਾ ਸੀ। ਸ਼ੁਰੂਆਤੀ ਦੌਰ ਦੇ ਵਿੱਚ ਇਹ ਸਕੀਮ ਸਿਰਫ ਤੇ ਸਿਰਫ ਜਿਹੜੇ ਸੈਂਟਰ ਸਰਕਾਰ ਦੇ ਇੰਪਲੋਈਜ਼ ਹੁੰਦੇ ਸੀ ਯਾਨੀ ਕਿ ਸੈਂਟਰ ਸਰਕਾਰ ਦੇ ਮੁਲਾਜ਼ਮ ਹੁੰਦੇ ਸੀ ਉਹਨਾਂ ਦੇ ਲਈ ਹੀ ਲਾਂਚ ਕੀਤੀ ਸੀ। ਤੇ ਬਟ 2009 ਤੋਂ ਬਾਅਦ ਸਾਰੇ ਇੰਡੀਆ ਦੇ ਜਿਹੜੇ ਸਿਟੀਜ਼ਨ ਨੇਗੇ ਉਹਨਾਂ ਦੇ ਲਈ ਇਹ ਸਕੀਮ ਅਵੇਲੇਬਲ ਕਰਾਤੀ ਸੀਗੀ ਸਰਕਾਰ ਨੇ। ਮਤਲਬ ਇਹਦੇ 'ਚ ਇੱਕ ਐਕਸੈਪਸ਼ਨ ਹੈ, ਜਿਹੜੇ ਆਰਮਡ ਫੋਰਸਿਸ ਦੇ ਆਪਣੇ ਫੌਜੀ ਭਾਈ ਨੇਗੇ ਉਹ ਇਸ ਸਕੀਮ ਦੇ ਲਈ ਐਪਲੀਕੇਬਲ ਮਤਲਬ ਨਹੀਂ ਕਰ ਸਕਦੇ, ਠੀਕ ਹੈ, ਉਹਨਾਂ ਨੂੰ ਐਗਜ਼ੈਂਪਸ਼ਨ ਹੈਗੀ ਇਸ ਸਕੀਮ ਦੇ ਵਿੱਚੋਂ, ਉਹਨਾਂ ਦੀ ਪੁਰਾਣੀ ਪੈਨਸ਼ਨ ਜਿਹੜੀ ਹੈਗੀ ਆ ਉਹੀ ਸਕੀਮ ਚੱਲਦੀ ਹੈਗੀ। ਉਸ ਤੋਂ ਇਲਾਵਾ ਜਿਹੜੇ NRI ਇੰਡੀਅਨ ਰੈਜ਼ੀਡੈਂਟ ਨੇਗੇ 18 ਤੋਂ 65 ਸਾਲ ਤੱਕ ਦੀ ਉਮਰ ਤੱਕ ਦੇ ਲੋਕ ਉਹ ਇਸ ਸਕੀਮ ਨੂੰ ਜੁਆਇਨ ਕਰ ਸਕਦੇ ਨੇ। ਉਦੋਂ ਕੀ ਹੁੰਦਾ ਸੀ 2009 ਤੋਂ ਬਾਅਦ OCI ਲੋਕ ਹੋਗੇ, ਪਰਸਨ ਆਫ ਇੰਡੀਅਨ ਓਰੀਜਨ ਲੋਕ ਹੋਗੇ, ਇਹ ਅੱਡ ਅੱਡ ਹੁੰਦੇ ਨੇ। ਇਹਨਾਂ ਬਾਰੇ ਡਿਫਰੈਂਸ ਮੈਂ ਤੁਹਾਨੂੰ ਇੱਥੇ ਨਹੀਂ ਦੱਸ ਸਕਦਾ, ਪੋਲਿਟੀ ਦਾ ਟੌਪਿਕ ਹੈ, ਇਹਨਾਂ ਨੂੰ ਕਦੇ ਫੇਰ ਡਿਸਕਸ ਕਰਾਂਗੇ। ਤੇ ਉਸ ਤੋਂ ਇਲਾਵਾ ਹਿੰਦੂ ਅਨਡਿਵਾਈਡਿਡ ਫੈਮਿਲੀ, ਇਹ ਸਾਰੇ ਐਲੀਜੀਬਲ ਨਹੀਂ ਸੀਗੇ NPS ਸਕੀਮ ਦੇ ਲਈ, ਬਟ ਹੁਣ ਚੇਂਜਸ ਕਰਤੇ ਸਰਕਾਰ ਨੇ। OCI ਲੋਕ ਤੇ NRI ਲੋਕ ਨੇਗੇ ਜਿਹੜੇ ਉਹ ਇਸ ਸਕੀਮ ਦੇ ਵਿੱਚ ਆਪਣਾ ਅਕਾਊਂਟ ਖੁਲਵਾ ਸਕਦੇ ਨੇ। ਤੇ NPS ਨੈਸ਼ਨਲ ਪੈਨਸ਼ਨ ਸਕੀਮ ਨੂੰ ਇੰਪਲੀਮੈਂਟ ਤੇ ਰੈਗੂਲੇਟ ਕਰਨ ਦਾ ਕੰਮ ਕਰਦੀ ਹੈ ਜੀ ਬੋਡੀ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ। ਇਹ ਇੱਕ ਸਟੈਚੂਟਰੀ ਬੋਡੀ ਹੈ, ਮਿਨਿਸਟਰੀ ਆਫ ਫਾਈਨੈਂਸ ਦੇ ਅੰਡਰ ਰਹਿ ਕੇ ਇਹ ਬੋਡੀ ਕੰਮ ਕਰਦੀ ਹੈ ਤੇ ਇਹ ਸਕੀਮ ਨੂੰ ਇੰਪਲੀਮੈਂਟ ਵੀ ਇਹ ਕਰਦੀ ਹੈ। ਹੁਣ ਇਹ ਸਕੀਮ ਦੇ ਵਿੱਚ ਹੈਗਾ ਕੀ ਹੈ, ਨੈਸ਼ਨਲ ਪੈਨਸ਼ਨ ਸਕੀਮ ਦੇ ਵਿੱਚ ਇਹਦੇ ਵਿੱਚ ਕੀ ਹੁੰਦਾ, ਜਿਹੜਾ ਵੀ ਇੰਪਲੋਈ ਹੁੰਦਾ ਉਹਨੇ ਆਪਦਾ ਜਿਹੜੇ ਵੀ ਵਰਕਿੰਗ ਲਾਈਫ ਹੁੰਦੀ ਹੈਗੀ, ਕੋਈ ਮੁਲਾਜ਼ਮ ਕੋਈ ਜੋਬ ਕਰਦਾ ਤਾਂ ਉਹ ਵਰਕਿੰਗ ਲਾਈਫ ਦੇ ਵਿੱਚ ਹਰੇਕ ਮਹੀਨੇ ਕੁਝ ਨਾ ਕੁਝ ਅਮਾਊਂਟ ਆਪਦੀ ਸੈਲਰੀ ਦੇ ਵਿੱਚੋਂ ਕੰਟਰੀਬਿਊਟ ਕਰਦਾ ਸੀਗਾ ਆਪਦੀ ਪੈਨਸ਼ਨ ਦੇ ਵਿੱਚ, ਯਾਨੀ ਕਿ ਆਪਦੀ ਸੈਲਰੀ ਦੇ ਵਿੱਚੋਂ ਆਪਦੀ ਤਨਖਾਹ ਦੇ ਵਿੱਚੋਂ ਕੁਝ ਕੁ ਪੈਸੇ ਉਹ ਕਟਾਉਂਦਾ ਸੀਗਾ ਤੇ ਤਾਂ ਕਰਕੇ ਉਹ ਉਹਦੇ ਖਾਤੇ ਦੇ ਵਿੱਚ ਜਮ੍ਹਾਂ ਹੋ ਸਕਣ ਤੇ ਉਹਨੂੰ ਅੱਗੇ ਜਾ ਕੇ ਪੈਨਸ਼ਨ ਮਿਲ ਸਕੇ। ਤੇ ਇਹਦੇ ਵਿੱਚ ਇਹ ਹੁੰਦਾ ਸੀ ਕੁਝ ਕੁ ਅਮਾਊਂਟ ਤਾਂ ਜਿਹੜਾ ਇੰਪਲੋਈ ਸੀਗਾ ਉਹ ਕੰਟਰੀਬਿਊਟ ਕਰਦਾ ਸੀ, ਜਿੰਨੀ ਇੰਪਲੋਈ ਕੰਟਰੀਬਿਊਟ ਕਰਦਾ ਸੀ ਉਨੀ ਹੀ ਸਰਕਾਰ ਕੰਟਰੀਬਿਊਟ ਕਰਦੀ ਸੀ। ਤੇ ਉਹ ਕੰਟਰੀਬਿਊਸ਼ਨ ਹੈਗੀ ਕਿੰਨੀ ਸੀਗੀ, ਉਹ ਹੈਗੀ ਸੀ ਜੀ 10%। ਮੁਲਾਜ਼ਮ ਦੀ ਜਿੰਨੀ ਤਨਖਾਹ ਹੈ ਫਰਜ਼ ਕਰੋ 30,000 ਹੈ, 30,000 ਦਾ 10% ਲਾ ਲਓ ਤੁਸੀਂ, 3,000 ਰੁਪਏ ਉਹਦੇ ਪੈਨਸ਼ਨ ਖਾਤੇ ਦੇ ਵਿੱਚ ਚਲੇ ਜਾਂਦੇ ਸੀ ਤੇ 3,000 ਰੁਪਇਆ ਹੀ ਸਰਕਾਰ ਉਹਦੇ ਪੈਨਸ਼ਨ ਖਾਤੇ ਦੇ ਵਿੱਚ ਪਾ ਦਿੰਦੀ ਸੀਗੀ। ਹੁਣ NPS ਦੇ 2 ਤਰ੍ਹਾਂ ਦੇ ਅਕਾਊਂਟ ਹੁੰਦੇ ਨੇ, ਇਹਦਾ ਸਟਰਕਚਰ ਹੈਗਾ ਜਿਹੜਾ ਨੈਸ਼ਨਲ ਪੈਨਸ਼ਨ ਸਕੀਮ ਦਾ, ਇਹਦੇ ਸਟਰਕਚਰ ਦੇ ਵਿੱਚ 2 ਤਰ੍ਹਾਂ ਦੇ ਅਕਾਊਂਟ ਹੁੰਦੇ ਨੇ। ਇੱਕ ਤਾਂ ਹੁੰਦਾ ਜੀ ਟਾਇਰ 1 ਅਕਾਊਂਟ ਤੇ ਦੂਸਰਾ ਹੈ ਜੀ ਟਾਇਰ 2 ਅਕਾਊਂਟ। ਹੁਣ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਟਾਇਰ 1 ਅਕਾਊਂਟ, ਜਿਨ੍ਹਾਂ ਦੇ ਲਈ ਸਰਕਾਰ ਨੇ ਹੁਣ OCI ਤੇ NRI ਲੋਕਾਂ ਨੂੰ ਇਹ ਅਕਾਊਂਟ ਓਪਨ ਕਰਤਾ NPS ਸਕੀਮ ਦੇ ਲਈ। ਇਹ ਅਕਾਊਂਟ ਦੇ ਵਿੱਚ ਜਿਹੜਾ ਪੈਸਾ ਜਾਂਦਾ ਬੇਸਿਕਲੀ ਇਹ ਨੋਨ ਵਿਦਰੋਵੇਬਲ ਪੈਸਾ ਹੁੰਦਾ, ਇਸ ਪੈਸੇ ਨੂੰ ਕਢਾ ਨਹੀਂ ਸਕਦਾ ਡਿਪੋਜ਼ਿਟਰ ਜਾਂ ਸਬਸਕ੍ਰਾਈਬਰ ਜਿਹਨੇ ਵੀ ਸਕੀਮ ਅਪਲਾਈ ਕੀਤੀ ਹੋਈ ਹੈ NPS ਸਕੀਮ।
ਉਸ ਤੋਂ ਇਲਾਵਾ ਕਢਾ ਕਦੋਂ ਸਕਦਾ ਫਿਰ ਕਢਾ ਇਹ ਇੰਪਲੋਏ ਉਦੋਂ ਸਕਦਾ ਇਸ ਅਕਾਊਂਟ ਦੇ ਵਿੱਚੋਂ ਪੈਸੇ ਜਦੋਂ ਉਹਦੀ ਉਮਰ 60 ਸਾਲ ਜਾਂ ਉਸ ਤੋਂ ਜ਼ਿਆਦਾ ਹੋ ਜੇ ਉਦੋਂ ਹੀ ਇਸ ਅਕਾਊਂਟ ਟਾਇਰ 1 ਅਕਾਊਂਟ ਦੇ ਵਿੱਚੋਂ ਪੈਸੇ ਉਹ ਕਢਵਾ ਸਕਦਾ ਦੂਸਰਾ ਹੈਗਾ ਜੀ ਟਾਇਰ 2 ਅਕਾਊਂਟ ਇਹ ਟਾਇਰ 2 ਅਕਾਊਂਟ ਉਦੋਂ ਹੀ ਐਪਲੀਕੇਬਲ ਹੋਊਗਾ ਜਿਹਦੇ ਕੋਲ ਟਾਇਰ 1 ਅਕਾਊਂਟ ਪਹਿਲਾਂ ਤੋਂ ਹੈਗਾ ਉਸੇ ਲਈ ਹੀ ਟਾਇਰ 2 ਅਕਾਊਂਟ ਖੋਲਿਆ ਜਾਊਗਾ ਤੇ ਇਹ ਟਾਇਰ 2 ਅਕਾਊਂਟ ਦੇ ਵਿੱਚੋਂ ਪੈਸੇ ਕਢਵਾਏ ਜਾ ਸਕਦੇ ਨੇਗੇ ਸਬਸਕ੍ਰਾਈਬਰ ਦੀ ਲੋੜ ਦੇ ਹਿਸਾਬ ਨਾਲ ਕਿਸੇ ਸਬਸਕ੍ਰਾਈਬਰ ਨੇ ਕਿਸੇ ਇੰਪਲੋਏ ਨੇ ਗੱਡੀ ਲੈਣੀ ਹੈ ਕਿਸੇ ਨੇ ਕੁੜੀ ਦਾ ਵਿਆਹ ਕਰਨਾ ਹੈ ਤਾਂ ਉਹ ਟਾਈਮ ਟੂ ਟਾਈਮ ਜੇ ਉਹਨੂੰ ਲੋੜ ਪੈਂਦੀ ਹੈ ਤਾਂ ਉਹ ਪੈਸੇ ਟਾਇਰ 2 ਅਕਾਊਂਟ ਦੇ ਵਿੱਚੋਂ ਕਢਵਾ ਸਕਦਾ ਹੈ ਹੁਣ ਕਿੰਨਾ ਕਢਵਾ ਸਕਦਾ ਟਾਇਰ 2 ਅਕਾਊਂਟ ਦੇ ਵਿੱਚੋਂ ਇਹਦੇ ਬਾਰੇ ਵੀ ਆਪਾਂ ਨੂੰ ਦੱਸਿਆ ਹੈ ਜਿਹੜਾ ਟਾਇਰ 2 ਅਕਾਊਂਟ ਦੇ ਵਿੱਚ ਕਿਸੇ ਇੰਪਲੋਏ ਦਾ ਪੈਸਾ ਹੋਊਗਾ ਉਹਦਾ 60% ਪੈਸਾ ਤਾਂ ਇੰਪਲੋਏ ਕਿਸੇ ਟਾਈਮ ਵੀ ਕਢਵਾ ਸਕਦਾ ਜਦ ਵੀ ਉਹਨੂੰ ਮੌਕੇ ਤੇ ਲੋੜ ਪੈਗੀ 60% ਪੈਸਾ ਟਾਇਰ 2 ਅਕਾਊਂਟ ਦਾ ਕਢਵਾ ਸਕਦਾ ਤੇ ਬਟ ਜਿਹੜਾ 40% ਪੈਸਾ ਰਹਿ ਗਿਆ ਉਹ ਪੈਸਾ ਉਹਨੂੰ ਸਿਰਫ ਤੇ ਸਿਰਫ ਪੈਨਸ਼ਨ ਦੀ ਫਾਰਮ ਦੇ ਵਿੱਚ ਹੀ ਮਿਲੂਗਾ ਇਹ ਗੱਲ ਕਲੀਅਰ ਹੁਣ ਗੱਲ ਕਰਦੇ ਹਾਂ ਪਿਛਲੇ ਸਾਲ 2018 ਦੇ ਵਿੱਚ ਸਰਕਾਰ ਨੇ ਇਸ ਸਕੀਮ ਦੇ ਵਿੱਚ ਕੁਝ ਕੁ ਚੇਂਜਸ ਕੀਤੇ ਸੀਗੇ ਕੀ ਚੇਂਜਸ ਕੀਤੇ ਸੀ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਸਰਕਾਰ ਨੇ ਆਪਦੀ ਕੰਟਰੀਬਿਊਸ਼ਨ ਵਧਾਈ ਸੀ ਯਾਨੀ ਕਿ ਪਹਿਲਾਂ ਕੀ ਹੁੰਦਾ ਸੀਗਾ ਜੇ ਇੰਪਲੋਏ ਆਪਦੀ ਤਨਖਾਹ 'ਚ 10% ਕਟਾਉਂਦਾ ਸੀ 10% ਜਮ੍ਹਾਂ ਕਰਦਾ ਸੀ ਤਾਂ 10% ਪੈਸੇ ਹੀ ਸਰਕਾਰ ਦਿੰਦੀ ਸੀ ਉਹਨਾਂ ਪੈਸਾ ਹੀ ਸਰਕਾਰ ਕੰਟਰੀਬਿਊਸ਼ਨ ਕਰਦੀ ਸੀ ਬਟ ਹੁਣ ਸਰਕਾਰ ਨੇ ਆਪਦੇ ਹਿੱਸੇ ਦੀ ਕੰਟਰੀਬਿਊਸ਼ਨ ਵਧਾਤੀ ਯਾਨੀ ਕਿ ਜਿਹੜਾ ਮੁਲਾਜ਼ਮ ਹੈ ਉਹ ਤਾਂ ਹੁਣ ਵੀ 10% ਕੰਟਰੀਬਿਊਟ ਕਰ ਰਿਹਾ ਬਟ ਸਰਕਾਰ ਹੁਣ 10 ਦੀ ਜਗ੍ਹਾ 14% ਕੰਟਰੀਬਿਊਟ ਕਰ ਰਹੀ ਹੈ ਯਾਨੀ ਕਿ ਸਰਕਾਰ ਵੱਧ ਪੈਸੇ ਦੇ ਰਹੀ ਹੈਗੀ ਇੱਕ ਤਾਂ ਹੋ ਗਿਆ ਚੇਂਜ ਇਹ ਦੂਸਰਾ ਇਹ ਹੈ ਜੀ ਜਿਹੜਾ ਟਾਇਰ 2 ਅਕਾਊਂਟ ਸੀਗਾ ਆਹ ਟਾਇਰ 2 ਅਕਾਊਂਟ ਇਹਦੇ ਚੋਂ ਜਿਹੜਾ 60% ਜਿਹੜਾ ਪੈਸਾ ਬੰਦਾ ਕਢਵਾਉਂਦਾ ਸੀਗਾ ਕਿਸੇ ਵੀ ਟਾਈਮ ਤੇ ਜਦੋਂ ਉਹਨੂੰ ਲੋੜ ਪੈਗੀ ਤਾਂ ਇਸ 60% ਪੈਸੇ ਦਾ 1/3 ਲਾ ਲਓ ਯਾਨੀ ਕਿ 20% ਮਨੀ ਇਹਦੇ ਉੱਪਰ ਟੈਕਸ ਲੱਗਦਾ ਸੀਗਾ ਇਹਨੂੰ ਕਢਵਾਉਣ ਦੇ ਉੱਪਰ 20% ਮਨੀ ਦੇ ਉੱਪਰ ਟੈਕਸ ਲੱਗਦਾ ਸੀ ਬਟ ਸਰਕਾਰ ਨੇ 2018 ਦੇ ਵਿੱਚ ਇਹ ਟਾਇਰ 2 ਅਕਾਊਂਟ ਦਾ 60% ਮਨੀ ਦਾ ਜਿਹੜਾ 1/3 ਹਿੱਸਾ ਜਿਹਦੇ ਉੱਪਰ ਟੈਕਸ ਲੱਗਦਾ ਸੀ ਇਹਨੂੰ ਵੀ ਐਗਜ਼ੈਂਪਟ ਕਰਤਾ ਇਹ ਟੈਕਸ ਵੀ ਮਾਫ ਕਰਤਾ ਇਹ ਗੱਲਾਂ ਕਲੀਅਰ ਇਹ ਦੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੇਂਜਸ ਸੀਗੇ ਜਿਹੜੇ ਕਿ ਇਸ ਸਕੀਮ ਦੇ ਵਿੱਚ ਕਰੇ ਗਏ ਸੀ ਹੁਣ ਇਹਦਾ ਇੰਪੈਕਟ ਕੀ ਪਊਗਾ ਤਾਂ ਸਭ ਤੋਂ ਪਹਿਲਾਂ ਜਿਹੜੇ ਇੰਪਲੋਈਜ਼ ਨੇ ਉਹਨਾਂ ਨੂੰ ਜਿਹੜਾ ਪੈਨਸ਼ਨ ਕਾਰਪਸ ਹੋਊਗਾ ਉਹ ਵੱਧ ਮਿਲੂਗਾ ਕਿਉਂਕਿ ਸਰਕਾਰ ਨੇ ਕਦਾ ਕੰਟਰੀਬਿਊਸ਼ਨ ਵਧਾਤਾ ਇਹਦੇ ਨਾਲ ਕੀ ਹੋਊਗਾ ਉਸ ਤੋਂ ਇਲਾਵਾ ਜਿਹੜੇ ਆਪਣੇ ਸਬਸਕ੍ਰਾਈਬਰ ਨੇਗੇ ਉਹਨਾਂ ਨੂੰ ਫਰੀਡਮ ਆਫ ਚੋਇਸ ਮਿਲ ਜੂਗੀ ਆਪਣੇ ਪੈਨਸ਼ਨ ਫੰਡ ਕਿਹੋ ਜਿਹੇ ਮਤਲਬ ਚੁਣਨੇ ਨੇ ਇਨਵੈਸਟਮੈਂਟ ਕਰਨੀ ਹੈ ਤੇ ਪੈਟਰਨ ਇਹ ਸਾਰੇ ਕਾਸੇ ਨੂੰ ਉਹਨਾਂ ਨੂੰ ਫਰੀਡਮ ਮਿਲ ਜੂਗੀ ਉਸ ਤੋਂ ਇਲਾਵਾ ਐਨਪੀਐਸ ਨੂੰ ਹੋਰ ਅਟਰੈਕਟਿਵ ਬਣਾਇਆ ਗਿਆ ਸਰਕਾਰ ਨੇ ਇਹ ਚੇਂਜਸ ਕਰਕੇ ਜਿਹਦੇ ਨਾਲ ਸਰਕਾਰ ਹੁਣ ਜਿਹੜਾ ਟੈਲੈਂਟ ਹੈਗਾ ਉਹਨੂੰ ਅਟਰੈਕਟ ਤਾਂ ਕਰ ਸਕੂਗੀ ਤੇ ਨਾਲ ਦੀ ਨਾਲ ਰਿਟੇਨ ਵੀ ਕਰ ਸਕੂਗੀ ਤੇ ਜਿਹੜਾ ਇਹ ਕੰਟਰੀਬਿਊਸ਼ਨ ਸਰਕਾਰ ਨੇ ਆਪਦਾ ਵਧਾਇਆ 4% ਇਹਦਾ ਸਰਕਾਰੀ ਖਜ਼ਾਨੇ ਦੇ ਉੱਪਰ ਕਿੰਨਾ ਕੁ ਭਾਰ ਪਊਗਾ ਉਹ ਪਊਗਾ ਜੀ ਹਰੇਕ ਸਾਲ 2840 ਕਰੋੜ ਰੁਪਏ ਤੇ ਇਹ ਰੀਕਰਿੰਗ ਐਕਸਪੈਂਡੀਚਰ ਹੈ ਯਾਨੀ ਕਿ ਹਰੇਕ ਸਾਲ ਇੰਨੇ ਪੈਸੇ ਆਟੋਮੈਟਿਕਲੀ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਘਟੇ ਜਾਣਗੇ ਆਹ ਇੰਪੈਕਟ ਪੈਣਗੇ ਜੀ ਐਨਪੀਐਸ ਨੈਸ਼ਨਲ ਪੈਨਸ਼ਨ ਸਕੀਮ ਦੇ ਅਗਲੀ ਨਿਊਜ਼ ਆ ਗਈ ਜੀ ਏਅਰ ਇੰਡੀਪੈਂਡੈਂਟ ਪ੍ਰੋਪਲਸ਼ਨ ਦੇ ਨਾਲ ਰਿਲੇਟਡ ਬਹੁਤ ਇੰਪੋਰਟੈਂਟ ਨਿਊਜ਼ ਹੈਗੀ ਸਾਇੰਸ ਐਂਡ ਟੈਕ ਦੇ ਲਿਹਾਜ਼ ਨਾਲ DRDO ਨੂੰ ਸਕਸੈਸਫੁਲੀ ਟੈਸਟ ਕੀਤਾ ਜੀ ਏਅਰ ਇੰਡੀਪੈਂਡੈਂਟ ਪ੍ਰੋਪਲਸ਼ਨ ਸਿਸਟਮ ਦਾ ਤੇ ਜਲਦ ਹੀ ਆਪਣੇ ਇੰਡੀਆ ਦੀਆਂ ਜਿਹੜੀਆਂ ਡੀਜ਼ਲ ਇਲੈਕਟ੍ਰਿਕ ਸਬਮਰੀਨਸ ਨੇ ਜਾਂ ਸਕੋਰਪੀਨ ਕਲਾਸ ਸਬਮਰੀਨ ਲਾ ਲਓ ਤੁਸੀਂ ਆਈਨਸ ਕਲਵਾਰੀ ਖੰਡੇਰੀ ਕਰੰਜ ਆਈਨਸ ਵੇਲਾ ਬਗੀਰ ਤੇ ਬਖਸ਼ੀਰ ਇਹ ਆਉਣ ਵਾਲੀਆਂ ਸਬਮਰੀਨਸ ਨੇ ਇਹਨਾਂ ਸਾਰੀਆਂ ਡੀਜ਼ਲ ਇਲੈਕਟ੍ਰਿਕ ਸਬਮਰੀਨ ਦੇ ਵਿੱਚ ਇਹ ਏਅਰ ਇੰਡੀਪੈਂਡੈਂਟ ਪ੍ਰੋਪਲਸ਼ਨ ਸਿਸਟਮ ਵਰਤਿਆ ਜਾਊਗਾ ਹੁਣ ਇਹ ਸਿਸਟਮ ਹੁੰਦਾ ਕੀ ਹੈ ਬਹੁਤ ਇੰਟਰਸਟਿੰਗ ਜਿਹਾ ਟੌਪਿਕ ਹੈ ਇਹਨੂੰ ਸਮਝਣ ਤੋਂ ਪਹਿਲਾਂ ਆਪਾਂ ਬੇਸਿਕ ਤੋਂ ਸ਼ੁਰੂਆਤ ਕਰਦੇ ਹਾਂ ਦੇਖੋ ਆਪਣੇ ਘਰੇ ਕਾਰ ਹੁੰਦੀ ਹੈ ਆਪਾਂ ਸਾਰਿਆਂ ਨੂੰ ਪਤਾ ਆਪਾਂ ਜਦੋਂ ਕਾਰ ਸਟਾਰਟ ਕਰਦੇ ਹਾਂ ਤਾਂ ਪਹਿਲਾਂ ਕੀ ਹੁੰਦਾ ਇੰਜਨ ਨੂੰ ਕੰਬਸਚਨ ਦੇ ਲਈ ਆਕਸੀਜਨ ਦੀ ਲੋੜ ਪੈਂਦੀ ਹੈ ਏਅਰ ਦੀ ਲੋੜ ਪੈਂਦੀ ਹੈ ਤਾਂ ਹੀ ਇੰਜਨ ਇਗਨਾਈਟ ਹੁੰਦਾ ਫਿਰ ਗੱਡੀ ਸਟਾਰਟ ਹੁੰਦੀ ਹੈ ਜਿਨ੍ਹਾਂ ਨੇ ਇੰਜੀਨੀਅਰਿੰਗ ਕੀਤੀ ਹੋਈ ਹੈ ਜਾਂ ਜਿਨ੍ਹਾਂ ਦਾ ਇੰਜੀਨੀਅਰਿੰਗ ਬੈਕਗ੍ਰਾਉਂਡ ਹੈ ਉਹਨਾਂ ਨੂੰ ਤਾਂ ਇਹ ਗੱਲਾਂ ਦਾ ਪਤਾ ਹੁੰਦਾ ਸਿਮਿਲਰਲੀ ਸਬਮਰੀਨ ਦਾ ਕੰਮ ਹੁੰਦਾ ਸੀ ਜਿਹੜੀਆਂ ਇਹ ਡੀਜ਼ਲ ਇਲੈਕਟ੍ਰਿਕ ਸਬਮਰੀਨ ਹੁੰਦੀਆਂ ਸੀ ਇਹਨਾਂ ਵਿੱਚ ਹੁਣ ਪ੍ਰੋਬਲਮ ਕੀ ਸੀ ਇਹਨਾਂ ਵਿੱਚ ਪ੍ਰੋਬਲਮ ਇਹ ਸੀ ਜਿਹੜਾ ਇਹ ਡੀਜ਼ਲ ਇਲੈਕਟ੍ਰਿਕ ਸਬਮਰੀਨ ਸੀ ਜਦੋਂ ਇਹਨਾਂ ਨੂੰ ਨਾ ਇੱਕ ਸਮੇਂ ਦੇ ਲਈ ਸਰਫੇਸ ਦੇ ਉੱਪਰ ਸੀ ਸਰਫੇਸ ਦੇ ਉੱਪਰ ਆਉਣਾ ਹੀ ਪੈਂਦਾ ਸੀਗਾ ਏਅਰ ਦੇ ਲਈ ਏਅਰ ਇਹਨਾਂ ਨੂੰ ਲੈਣੀ ਪੈਂਦੀ ਸੀ ਕਿਉਂਕਿ ਇੰਜਨ ਸੀਗਾ ਜਿਹੜਾ ਉਹਨੂੰ ਕੰਬਸਚਨ ਕਰਨਾ ਸੀ ਤੇ ਇਹਦੇ ਨਾਲ ਖਤਰਾ ਇਹਨਾਂ ਨੂੰ ਇਹ ਹੁੰਦਾ ਸੀਗਾ ਇੱਕ ਵਾਰ ਜੇ ਇਹ ਸਰਫੇਸ ਤੇ ਆ ਜਾਂਦੇ ਸੀ ਤਾਂ ਦੁਸ਼ਮਣ ਐਨੀਮੀ ਇਹਨਾਂ ਸਬਮਰੀਨਸ ਨੂੰ ਡਿਟੈਕਟ ਕਰ ਲੈਂਦਾ ਸੀਗਾ ਇਹ ਫੜੀਆਂ ਜਾਂਦੇ ਸੀ ਸੋ ਜਿਹੜੀ ਸਟੈਲਥ ਕੈਪੇਬਿਲਿਟੀ ਸੀ ਉਹ ਕਾਫੀ ਪ੍ਰਭਾਵਿਤ ਹੁੰਦੀ ਸੀਗੀ ਸੋ ਤਾਂ ਕਰਕੇ ਏਅਰ ਇੰਡੀਪੈਂਡੈਂਟ ਪ੍ਰੋਪਲਸ਼ਨ ਟੈਕਨੋਲੋਜੀ ਲਿਆਉਣੀ ਪੇਪਰ ਨੂੰ ਇਹ ਟੈਕਨੋਲੋਜੀ ਕੀ ਕਹਿੰਦੀ ਹੈ ਇਹ ਟੈਕਨੋਲੋਜੀ ਕਹਿੰਦੀ ਹੈ ਇਟ ਇਜ਼ ਐਨ ਟੈਕਨੋਲੋਜੀ ਵਿਚ ਅਲਾਊਜ਼ ਇਹ ਨੋਨ ਨਿਊਕਲੀਅਰ ਸਬਮਰੀਨ ਸਮਝਣ ਦੀ ਗੱਲ ਇਹ ਹੈ ਜੀ ਜਿਹੜੀ ਇਹ ਏਅਰ ਇੰਡੀਪੈਂਡੈਂਟ ਪ੍ਰੋਪਲਸ਼ਨ ਟੈਕਨੋਲੋਜੀ ਹੈ
ਇਹ ਸਿਰਫ ਤੇ ਸਿਰਫ ਨਾਨ ਨਿਊਕਲੀਅਰ ਸਬਮਰੀਨ ਜਿਹੜੀਆਂ ਉਹਨਾਂ ਦੇ ਉੱਪਰ ਹੀ ਐਪਲੀਕੇਬਲ ਹੈ, ਸਿਰਫ ਯਾਨੀ ਕਿ ਜਿਹੜੀਆਂ ਡੀਜ਼ਲ ਇਲੈਕਟ੍ਰਿਕ ਸਕੋਰਪੀਨ ਕਲਾਸ ਸਬਮਰੀਨ ਹੋ ਗਈਆਂ ਉਹਨਾਂ ਦੇ ਉੱਪਰ ਹੀ ਇਹ ਟੈਕਨਿਕ ਐਪਲੀਕੇਬਲ ਹੈ। ਨਿਊਕਲੀਅਰ ਕਲਾਸ ਸਬਮਰੀਨ ਨੇ ਜਿਹੜੀਆਂ ਉਹਨਾਂ ਦੇ ਉੱਪਰ ਇਹ ਟੈਕਨੋਲੋਜੀ ਨਹੀਂ ਲਾਗੂ ਹੁੰਦੀ। ਹੁਣ ਇਹ ਟੈਕਨੋਲੋਜੀ ਇਹ ਕਹਿੰਦੀ ਹੈ ਇਟ ਇਨੇਬਲਸ ਇਟ ਅਲਾਊਜ਼ ਏ ਨਾਨ ਨਿਊਕਲੀਅਰ ਸਬਮਰੀਨ ਟੂ ਓਪਰੇਟ ਵਿਦਆਊਟ ਦਾ ਨੀਡ ਟੂ ਐਕਸੈਸ ਐਟਮੋਸਫੇਰਿਕ ਆਕਸੀਜਨ। ਸਮਝ ਗਏ, ਯਾਨੀ ਕਿ ਪਹਿਲਾਂ ਜਿਹੜੀ ਸਬਮਰੀਨ ਆਕਸੀਜਨ ਲੈਣ ਦੇ ਲਈ ਇੰਜਨ ਨੂੰ ਇਗਨਾਈਟ ਕਰਨ ਦੇ ਲਈ ਉਹਨੂੰ ਸਰਫੇਸ ਦੇ ਉੱਪਰ ਜਾਣਾ ਪੈਂਦਾ ਸੀ ਕੰਬਸਟਨ ਦੇ ਉੱਪਰ, ਬਟ ਹੁਣ ਉਹਨੂੰ ਐਟਮੋਸਫੇਰਿਕ ਆਕਸੀਜਨ ਦੀ ਐਕਸੈਸ ਦੀ ਲੋੜ ਨਹੀਂ, ਤੇ ਹੁਣ ਇਹਦੇ ਵਿੱਚ ਲੋੜ ਕਾਹਦੀ ਹੈ ਫਿਰ ਇੰਜਨ ਤੱਕ ਚਲਾ ਕੇ ਰੱਖਣਾ। ਸੋ ਇਹਦੇ ਵਿੱਚ ਇਹਨਾਂ ਨੇ ਬੈਟਰੀ ਤੇ ਕਰਤਾ ਸਾਰਾ ਸਿਸਟਮ। ਹੁਣ ਇੱਥੋਂ ਡਾਇਗ੍ਰਾਮ ਤੋਂ ਆਪਾਂ ਸਾਰਾ ਕੁਝ ਸਮਝਦੇ ਹਾਂ। ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਕਸੀਜਨ ਲਈ ਪਹਿਲਾਂ ਜਿਹੜੀ ਸਬਮਰੀਨ ਸੀ ਉਹਨੂੰ ਸਰਫੇਸ ਦੇ ਉੱਪਰ ਜਾਣਾ ਪੈਂਦਾ ਸੀ। ਹੁਣ ਇਹਦੇ ਵਿੱਚ ਇੱਕ ਆਕਸੀਜਨ ਦਾ ਵੱਡਾ ਸਿਲੰਡਰ ਪਹਿਲਾਂ ਤਾਂ ਉਹ ਫਿੱਟ ਕਰਤਾ, ਦੂਸਰਾ ਬੈਟਰੀ ਪਾਵਰ ਕਰਤਾ ਸਾਰਾ ਸਿਸਟਮ। ਹੁਣ ਆਕਸੀਜਨ ਤੋਂ ਕੰਬਸਚਨ ਮਿਲੂਗੀ ਜਨਰੇਟਰ ਨੂੰ, ਜਨਰੇਟਰ ਇੰਜਨ ਨੂੰ ਸਟਾਰਟ ਕਰੂਗਾ, ਬੈਟਰੀ ਕੋਲ ਤਾਂ ਪਾਵਰ ਹੋਊਗੀ, ਠੀਕ ਹੈ। ਜਦੋਂ ਬੈਟਰੀ ਡਾਊਨ ਹੋਗੀ ਤਾਂ ਆਟੋਮੈਟਿਕਲੀ ਬੈਟਰੀ ਨੂੰ ਰੀਚਾਰਜ ਵੀ ਕਰਿਆ ਜਾ ਸਕਦਾ, ਤੇ ਇਸ ਬੈਟਰੀ ਤੋਂ ਹੀ ਜਿਹੜਾ ਆ ਸਬਮਰੀਨ ਦਾ ਪ੍ਰੋਪਲਸ਼ਨ ਸਿਸਟਮ ਹੈ ਇਹ ਸਾਰਾ ਮੂਵ ਕਰੂਗਾ, ਯਾਨੀ ਕਿ ਇਹਨੂੰ ਏਅਰ ਦੀ ਲੋੜ ਨਹੀਂ ਹੈਗੀ, ਐਟਮੋਸਫੇਅਰ ਜਾਣ ਕੇ ਸਰਫਸ ਦੇ ਉੱਪਰ ਕੰਪਲੀਟਲੀ ਜਾਣ ਦੀ ਲੋੜ ਨਹੀਂ। ਹਾਂ, ਇੱਕ ਸਟੋਕੇਟ ਹੁੰਦਾ ਹੈਗਾ ਉਹਨੂੰ ਕਹਿੰਦੇ ਨੇ ਸਨੋਰਕਲ, ਉਹਦੇ ਥਰੂ ਏਅਰ ਲਿਖਤੀ ਜਾ ਸਕਦੀ ਹੈਗੀ ਮਤਲਬ, ਬਟ ਪੂਰੀ ਤਰ੍ਹਾਂ ਸਰਫਸ ਦੇ ਉੱਪਰ ਜਾਣ ਦੀ ਲੋੜ ਨਹੀਂ। ਹੁਣ ਇਹਦਾ ਫਾਇਦਾ ਕੀ ਹੈ, ਇਹਦਾ ਫਾਇਦਾ ਇਹ ਹੈ ਜੀ ਜਿਹੜੀ ਸਬਮਰੀਨ ਹੈਗੀ ਉਹ ਹੁਣ ਲੰਬੇ ਸਮੇਂ ਦੇ ਲਈ ਸਮੁੰਦਰ ਦੇ ਅੰਦਰ ਰਹਿ ਸਕਦੀ ਹੈ, ਵਾਰ ਵਾਰ ਉਹਨੂੰ ਸਰਫਸ ਦੇ ਉੱਪਰ ਆਉਣ ਦੀ ਲੋੜ ਨਹੀਂ ਹੈਗੀ ਆਕਸੀਜਨ ਦੀ ਐਕਸੈਸ ਦੇ ਲਈ। ਇਹਦੇ ਨਾਲ ਜਿਹੜੀ ਸਟੈਲਥ ਕੈਪੇਬਿਲਿਟੀ ਹੈ ਉਹ ਵੀ ਆਪਣੀ ਜਿਹੜੀ ਸਬਮਰੀਨ ਹੈ ਉਹਦੀ ਆਪਣੀ ਸਟੈਲਥ ਕੈਪੇਬਿਲਿਟੀ ਇੰਪਰੂਵ ਹੁੰਦੀ ਹੈ। ਸਿਗਨੀਫਿਕੈਂਸ ਵੀ ਇਹਦੀ ਆ ਹੈ ਜੀ, ਇਹਦੇ ਨਾਲ ਇੱਕ ਤਾਂ ਸਟੈਲਥ ਕੈਪੇਬਿਲਿਟੀ ਕਾਫੀ ਜ਼ਿਆਦਾ ਇੰਪਰੂਵ ਹੋਈ ਹੈ ਸਬਮਰੀਨ ਦੀ, ਉਸ ਤੋਂ ਇਲਾਵਾ ਇਲੈਕਟ੍ਰੀਸਿਟੀ ਜਨਰੇਟ ਵੀ ਕਰ ਸਕਦੇ ਹਾਂ, ਜਿਹੜੇ ਇਮਿਊਨਿਟੀਜ਼ ਨੇ ਕਰਿਊ ਨੇ ਇਹਨਾਂ ਨੂੰ ਲਾਈਟਨਿੰਗ ਵਗੈਰਾ ਪ੍ਰੋਵਾਈਡ ਕਰ ਸਕਦੇ ਹਾਂ ਜਿਹੜੇ ਇਹ ਵਿੱਚ ਬੈਟਰੀ ਦੇ ਥਰੂ, ਕਿਉਂਕਿ ਆਕਸੀਜਨ ਦਾ ਸਿਲੰਡਰ ਹੁਣ ਵਿੱਚ ਹੈਗੀ, ਇੱਥੋਂ ਆਪਾਂ ਨੂੰ ਐਟਮੋਸਫੇਅਰ ਆਕਸੀਜਨ ਦੀ ਲੋੜ ਨਹੀਂ ਡਿਪੈਂਡੈਂਸ ਰਹਿੰਦੀ, ਇੱਥੋਂ ਹੀ ਆਪਾਂ ਆਕਸੀਜਨ ਤੋਂ ਕੰਬਸਚਨ ਕਰਾ ਕੇ ਆਪਾਂ ਜਿਹੜੀ ਸਬਮਰੀਨ ਨੂੰ ਓਪਰੇਟ ਕਰ ਸਕਦੇ ਹਾਂ। ਤੇ ਉਸ ਤੋਂ ਇਲਾਵਾ ਇੱਕ ਫਾਇਦਾ ਇਹ ਹੈ ਜੀ, ਜਿਹੜੀਆਂ ਇਹ ਸਬਮਰੀਨਸ ਨੇ ਇਹ ਨੋਇਸ ਵੀ ਕਾਫੀ ਜ਼ਿਆਦਾ ਘੱਟ ਪ੍ਰੋਡਿਊਸ ਕਰਦੀਆਂ ਨੇ ਐਜ਼ ਕੰਪੇਅਰ ਟੂ ਨਿਊਕਲੀਅਰ ਪਾਵਰ ਸਬਮਰੀਨਸ। ਇਹ ਸੀਗਾ ਏਅਰ ਇੰਡੀਪੈਂਡੈਂਟ ਪ੍ਰੋਪਰਸ਼ਨ ਸਿਸਟਮ ਬਾਰੇ, ਥੋੜ੍ਹਾ ਜਿਹਾ ਟੈਕਨੀਕੈਲਿਟੀ ਸੀਗੀ ਇਸ ਟੋਪਿਕ ਦੇ ਵਿੱਚ, ਬਟ ਮੈਂ ਉਮੀਦ ਕਰਦਾ ਤੁਹਾਨੂੰ ਵਧੀਆ ਸਮਝ ਆ ਗਿਆ ਹੋਊਗਾ। ਅਗਲੀ ਨਿਊਜ਼ ਆ ਗਈ ਜੀ ਲਿੰਫੈਟਿਕ ਫਲੈਰੀਅਸਿਸ ਦੇ ਨਾਲ ਨਿਊਜ਼, ਇੱਕ ਡਿਜ਼ੀਜ਼ ਹੈਗਾ ਇਹਦੇ ਬਾਰੇ ਪੜ੍ਹਦੇ ਹਾਂ, ਬਟ ਪਹਿਲਾਂ ਦੇਖੀਏ ਜੀ ਨਿਊਜ਼ ਕੀ ਹੈ। ਨਿਊਜ਼ ਇਹ ਹੈ ਜੀ ਨੈਸ਼ਨਲ ਸਿੰਪੋਜ਼ੀਅਮ ਔਨ ਲਿੰਫੈਟਿਕ ਫਲੈਰੀਅਸਿਸ, ਇਹ ਇੰਡੀਆ ਦੇ ਵਿੱਚ ਹੈਲਡ ਹੋ ਕੇ ਹਟਿਆ ਤੇ ਇਹਦਾ ਥੀਮ ਹੈਗਾ ਜੀ ਯੂਨਾਈਟਿਡ ਟੂ ਐਲੀਮੀਨੇਟ ਲਿੰਫੈਟਿਕ ਫਲੈਰੀਅਸਿਸ। ਹੁਣ ਲਿੰਫੈਟਿਕ ਫਲੈਰੀਅਸਿਸ ਹੁੰਦਾ ਕੀ ਹੈ, ਦੇਖੋ ਇਹਨੂੰ ਐਲੀਫੈਂਟੀਆਸਿਸ ਵੀ ਕਹਿੰਦੇ ਨੇ, ਇਹਦਾ ਦੂਸਰਾ ਨਾਮ ਹੈ। ਇਹ ਇੱਕ ਪੈਰਾਸਾਈਟਿਕ ਇਨਫੈਕਸ਼ਨ ਹੈਗਾ, ਪੈਰਾਸਾਈਟ ਵਾਰਮ ਨੇਗੇ ਕੀੜੇ ਨੇਗੇ ਉਹਨਾਂ ਕਰਕੇ ਇਹ ਇਨਫੈਕਸ਼ਨ ਬਾਡੀ ਦੇ ਵਿੱਚ ਹੁੰਦੀ ਹੈ। ਉਹ ਪੈਰਾਸਾਈਟ ਵਾਰਮ ਦਾ ਨਾਮ ਕੀ ਹੈ, ਉਹਦਾ ਨਾਮ ਹੈਗਾ ਜੀ ਵਚੇਰੀਆ ਬੈਨਕ੍ਰੋਪਟੀ। ਇਹ ਆਪਣੀ ਜਿਹੜੀ ਬਾਡੀ ਦੇ ਲਿੰਫੈਟਿਕ ਸਿਸਟਮ ਹੁੰਦਾ ਉਹਦੇ ਵਿੱਚ ਹੁੰਦਾ ਤੇ ਇਨਫੈਕਟਿਡ ਪਰਸਨ ਨੂੰ ਅੱਗੇ ਕਰ ਦਿੰਦਾ। ਹੁਣ ਤੁਹਾਨੂੰ ਮੈਂ ਇਹ ਡਾਇਗ੍ਰਾਮ ਤੋਂ ਸਾਰਾ ਸਮਝਾਉਣਾ। ਇਹ ਵਾਰਮ ਹੈ ਜੀ, ਇਹ ਜਿਹੜਾ ਵਚੇਰੀਆ ਬੈਨਕ੍ਰੋਪਟੀ ਵਾਰਮ ਹੈ, ਇਹ ਜਿਹੜਾ ਫੀਮੇਲ ਵਾਰਮ ਹੋਊਗਾ ਇਹ ਅੱਗੇ ਕੀ ਕਰੂਗਾ, ਛੋਟੇ ਛੋਟੇ ਜਿਹੜੇ ਮਾਈਕਰੋ ਫਲੈਰੀਏ ਛੋਟੇ ਛੋਟੇ ਵਾਰਮ ਨੇ ਉਹ ਬਣਾ ਦੂਗਾ, ਉਹ ਬਾਡੀ ਨੂੰ ਇਨਫੈਕਟ ਕਰ ਦੇਣਗੇ। ਹੁਣ ਇਨਫੈਕਟਿਡ ਪਰਸਨ ਹੈ ਕੋਈ, ਉਹਦੀ ਬਾਡੀ ਦੇ ਵਿੱਚ ਤਾਂ ਇਹ ਵਾਰਮ ਹੈਗੇ ਨੇਗੇ, ਤੇ ਉਹਦੇ ਤੋਂ ਕੀ ਹੋਊਗਾ, ਹੁਣ ਅੱਗੇ ਅਗਲਾ ਪ੍ਰੋਸੈਸ ਕੀ ਹੋਊਗਾ, ਅਗਲਾ ਪ੍ਰੋਸੈਸ ਜਿਹੜੇ ਮੱਛਰ ਨੇਗੇ ਉਹ ਕਰ ਦੇਣਗੇ। ਮੱਛਰ ਕੀ ਕਰਨਗੇ, ਜਿਹੜਾ ਇਨਫੈਕਟਿਡ ਪਰਸਨ ਹੋਊਗਾ ਉਹਦੀ ਬਾਡੀ ਦੇ ਵਿੱਚੋਂ ਇਹ ਵਾਰਮ ਹੋਣਗੇ, ਇਹ ਮਾਈਕਰੋ ਫਲੈਰੀਏ ਹੋਣਗੇ, ਇਹਨਾਂ ਦੇ ਲਾਰਵੇ ਲੈ ਜਾਣਗੇ, ਇਹਨਾਂ ਦੇ ਲਾਰਵੇ ਕੈਰੀ ਕਰਕੇ ਜਦੋਂ ਮੋਸਕੀਟੋ ਦੀ ਬਾਡੀ ਦੇ ਵਿੱਚ ਰਹਿਣਗੇ ਤਾਂ ਉਹ ਡੈਵਲਪ ਕਰ ਲੈਣਗੇ ਵੱਡੇ ਲਾਰਵੇ ਦੇ ਵਿੱਚ ਹਫ਼ਤੇ ਦੇ ਅੰਦਰ ਅੰਦਰ, ਤੇ ਉਹ ਲਾਰਵੇ ਨੂੰ ਜਦੋਂ ਮੋਸਕੀਟੋ ਕਿਸੇ ਹੈਲਦੀ ਪਰਸਨ ਦੀ ਬਾਡੀ ਦੇ ਨੂੰ ਬਾਈਟ ਕਰੂਗਾ ਮੋਸਕੀਟੋ, ਤਾਂ ਉਹ ਲਾਰਵੇ ਉਸ ਪਰਸਨ ਹੈਲਦੀ ਪਰਸਨ ਦੀ ਬਾਡੀ ਦੇ ਵਿੱਚ ਚਲੇ ਜਾਣਗੇ ਤੇ ਉਹ ਪਰਸਨ ਵੀ ਇਨਫੈਕਟਿਡ ਹੋ ਜਾਊਗਾ। ਯਾਨੀ ਕਿ ਇਸ ਜਿਹੜਾ ਐਲੀਫੈਂਟੀਆਸਿਸ ਡਿਜ਼ੀਜ਼ ਹੈਗਾ ਲਿੰਫੈਟਿਕ ਫਲੈਰੀਅਸਿਸ, ਇਹ ਵੈਕਟਰ ਕਿਹੜਾ, ਇਹਦਾ ਵੈਕਟਰ ਕੀ ਹੈ, ਇਹਦਾ ਵੈਕਟਰ ਆ ਮੱਛਰ ਨੇਗੇ, ਜਿਵੇਂ ਕਿ ਕਿਊਲੈਕਸ ਮੋਸਕੀਟੋ, ਐਡਿਸ ਇਜਿਪਟੀ ਹੋ ਗਿਆ, ਐਨੋਫਲੀਸ ਮਿਕਸ ਮੱਛਰ ਹੋ ਗਿਆ, ਇਹ ਸਾਰੇ ਮੱਛਰ ਹੀ ਇਸ ਡਿਜ਼ੀਜ਼ ਦੇ ਵੈਕਟਰ ਨੇਗੇ। ਤੇ ਇਹਦਾ ਪੈਰਾਸਾਈਟ ਪੈਥੋਜਨ ਕੀ ਹੈ, ਉਹ ਹੈਗਾ ਜੀ ਵਾਰਮ, ਪੈਰਾਸਾਈਟ ਵਾਰਮ ਹੈਗਾ। ਇੱਦਾਂ ਕਰਦੇ ਕਰਦੇ ਇਹ ਬਾਡੀ ਇਹ ਡਿਜ਼ੀਜ਼ ਹੈਗਾ ਇਹ ਸਪਰੈਡ ਹੁੰਦਾ। ਤੇ ਇਹਦਾ ਨੁਕਸਾਨ ਕੀ ਹੁੰਦਾ, ਜਿਹੜੇ ਆਪਣੀ ਬਾਡੀ ਦੇ ਪਾਰਟਸ ਨੇਗੇ ਉਹਨਾਂ ਦੇ ਵਿੱਚ ਸੁਜਾਵਟ ਆ ਜਾਂਦੇ, ਠੀਕ ਹੈ, ਉਹ ਸੁੱਜਣ ਲੱਗ ਜਾਂਦਾ। ਜਿਵੇਂ ਆਹ ਪਰਸਨ ਦੇਖ ਲਓ ਸੀ, ਇਹਦੀ ਲੱਤ ਸੁੱਜੀ ਹੋਈ ਹੈ, ਇੱਦਾਂ ਕਰਦੇ ਕਰਦੇ ਜਿਹੜੀ ਗਲੈਂਡਸ ਆ ਜਾਂਦੇ ਨੇ ਉਹਨਾਂ ਦੇ ਵਿੱਚ ਸਵੈਲਿੰਗ ਹੋ ਜਾਂਦੀ ਹੈ ਇਸ ਡਿਜ਼ੀਜ਼ ਕਰਕੇ। ਹੁਣ ਗੱਲ ਕਰਦੇ ਹਾਂ ਇਹਦੀ ਐਲੀਮੀਨੇਸ਼ਨ ਦੀ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ 3 ਡਰੱਗ ਟ੍ਰੀਟਮੈਂਟ ਨੂੰ ਰਿਕਮੈਂਡ ਕੀਤਾ ਇਸ ਡਿਜ਼ੀਜ਼ ਨੂੰ ਐਲੀਮੀਨੇਟ ਕਰਨ ਦੇ ਲਈ। ਉਹ 3 ਡਰੱਗਸ ਕਿਹੜੀਆਂ ਨੇ, ਇੱਕ ਤਾਂ ਹੈਗੇ ਜੀ ਈਵਰਮੈਕਟਿਨ, ਦੂਸਰੇ ਹੈਗੇ ਡਾਈਇਥੈਲ ਕਾਰਬਮੈਜ਼ੀਨ ਸਿਟਰੇਟ, ਤੇ ਤੀਸਰੀ ਹੈਗੇ ਜੀ ਐਲਬਿੰਟਾਜ਼ੋਲ।
ਇਹ ਐਲਬਿੰਡਾਜ਼ੋਲ ਦੇ ਕੈਪਸੂਲ ਆਪਣੇ ਜਿਹੜੇ ਸਰਕਾਰੀ ਸਕੂਲ ਦੇ ਪੰਜਾਬ ਦੇ ਖਾਸ ਕਰਕੇ ਜਿਹੜੇ ਜਵਾਕ ਨੇਗੇ ਉਹਨਾਂ ਨੂੰ ਖਵਾਏ ਜਾਂਦੇ ਨੇ। ਕਿਉਂ? ਕਿਉਂਕਿ ਛੋਟੀ ਉਮਰ ਦੇ ਵਿੱਚ ਜਿਹੜੇ ਬੱਚਿਆਂ ਦੇ ਸਰੀਰ ਦੇ ਵਿੱਚ ਜਿਹੜੇ ਕੀੜੇ ਹੁੰਦੇ ਨੇ ਉਹ ਕੀੜਿਆਂ ਨੂੰ ਮਾਰਿਆ ਜਾ ਸਕੇ, ਤਾਂ ਕਰਕੇ ਐਲਬਿੰਡਾਜ਼ੋਲ ਦੇ ਕੈਪਸੂਲ ਉਹਨਾਂ ਬੱਚਿਆਂ ਨੂੰ ਖਵਾਏ ਜਾਂਦੇ ਨੇਗੇ। ਸੋ ਇੱਕ ਐਕਸਟਰਾ ਜਾਣਕਾਰੀ ਸੀ ਤੁਹਾਨੂੰ ਮੈਂ ਦੇ ਦਿੱਤੀ। ਸੋ ਇਹਨਾਂ ਤਿੰਨੇ ਦਵਾਈਆਂ ਦੀ ਕੰਬੀਨੇਸ਼ਨ ਦਿੱਤੀ ਜਾਂਦੀ ਹੈ ਲਿੰਫੈਟਿਕ ਫਲੈਰੀਸਿਸ ਦੇ ਜਿਹੜਾ ਵਾਰਮ ਹੈ ਇਹਨੂੰ ਖਤਮ ਕਰਦੇ ਲਈ। ਲਗਾਤਾਰ 2 ਸਾਲ ਦੇ ਲਈ ਇਹ ਦਵਾਈਆਂ ਦੀ ਕੰਬੀਨੇਸ਼ਨ ਖਵਾਈ ਜਾਂਦੀ ਹੈ, ਕਿਉਂਕਿ ਜਿਹੜਾ ਅਡਲਟ ਵਾਰਮ ਹੁੰਦਾ ਉਹਦੀ ਲਾਈਫ 4 ਸਾਲਾਂ ਦੀ ਹੁੰਦੀ ਹੈ, ਤਾਂ ਕਰਕੇ ਉਹ ਨੈਚੁਰਲੀ ਹੀ ਡਾਈ ਕਰ ਜਾਂਦਾ ਬਿਨਾਂ ਕਿਸੇ ਪਰਸਨ ਨੂੰ ਹਾਰਮ ਕਰੇ, ਤਾਂ ਕਰਕੇ ਇਸ ਚੀਜ਼ ਨੂੰ ਐਲੀਮੀਨੇਟ ਕੀਤਾ ਜਾ ਸਕਦਾ। ਹੁਣ ਲੋੜ ਕੀ ਹੈ ਐਲੀਮੀਨੇਸ਼ਨ ਦੀ? ਕਿਉਂਕਿ ਲਿੰਫੈਟਿਕ ਜਿਹੜਾ ਇਹ ਫਲੈਰੀਸਿਸ ਹੈ ਪੂਰੀ ਦੁਨੀਆਂ ਦੇ ਮੁਕਾਬਲੇ ਆਪਣੇ ਇੰਡੀਆ ਦੇ ਵਿੱਚ ਇਹਦੇ ਕੇਸਿਸ ਕਾਫੀ ਜ਼ਿਆਦਾ ਨੇ। ਦੁਨੀਆਂ ਦੇ ਵਿੱਚ ਜਿੰਨੇ ਕੇਸਿਸ ਨੇਗੇ ਉਹਦਾ 40% ਤਾਂ ਇਕੱਲੇ ਇੰਡੀਆ ਦੇ ਵਿੱਚ ਹੀ ਨੇ ਲਿੰਫੈਟਿਕ ਫਲੈਰੀਸਿਸ ਦੇ ਜਿਹੜੇ ਪੇਸ਼ੈਂਟ ਨੇਗੇ ਉਹ। ਇੰਡੀਆ ਨੇ ਇੱਕ ਡੈਡਲਾਈਨ ਰੱਖੀ ਸੀ ਇਸ ਡਿਜ਼ੀਜ਼ ਨੂੰ ਖਤਮ ਕਰਨ ਦੇ ਲਈ, ਪਹਿਲਾਂ ਉਹ ਡੈਡਲਾਈਨ ਸੀ 2015 ਦੀ, ਫਿਰ ਐਕਸਟੈਂਡ ਕਰਤੀ 2017 ਤੱਕ, ਐਲੀਮੀਨੇਟ ਫੇਰ ਨਹੀਂ ਹੋਇਆ। ਸੋ ਹੁਣ ਗਲੋਬਲ ਡੈਡਲਾਈਨ ਹੈਗਾ ਜੀ 2020 ਦੀ, ਇਸ ਡੈਡਲਾਈਨ ਤੱਕ ਇਸ ਡਿਜ਼ੀਜ਼ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਊਗੀ। ਲਾਸਟ ਦੇ ਵਿੱਚ ਅੱਜ ਦੇ ਬੁਲੇਟਿਨ ਨਿਊਜ਼ ਦੇਖਦੇ ਹਾਂ। ਸਭ ਤੋਂ ਪਹਿਲੀ ਨਿਊਜ਼ ਆ ਗਈ ਰਫਾਇਲ ਮੈਰੀਅਨੋ ਗਰੋਸੀ, ਅਰਜਨਟੀਨਾ ਦੇ ਨੇ ਇਹ। ਇਹਨਾਂ ਨੂੰ IAEA ਯਾਨੀ ਕਿ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ, ਇਹਨਾਂ ਦਾ ਨਵਾਂ ਡਾਇਰੈਕਟਰ ਜਨਰਲ ਅਪੁਆਇੰਟ ਕਰ ਦਿੱਤਾ ਗਿਆ। IAEA ਦਾ ਹੈੱਡਕੁਆਟਰ ਹੈਗਾ ਜੀ ਆਸਟ੍ਰੀਆ ਦੀ ਕੈਪੀਟਲ ਵਿਆਣਾ ਵਿਖੇ। ਨਿਊਕਲੀਅਰ ਵਾਚਡੌਗ ਵੀ ਕਹਿੰਦੇ ਨੇ ਇਹਨੂੰ, ਕੰਟਰੀਜ਼ ਨਿਊਕਲੀਅਰ ਐਨਰਜੀ ਦਾ ਪੀਸਫੁਲ ਯੂਜ਼ ਕਰ ਸਕਣ, ਨਿਊਕਲੀਅਰ ਵੈਪਨ ਨਾ ਬਣਾ ਸਕਣ, ਉਹ ਸਾਰੇ ਕਾਸੇ ਤੇ ਨਿਗਾਹ ਰੱਖਣ ਦਾ ਕੰਮ ਇਹ ਬੋਡੀ ਕਰਦੀ ਹੈ, ਇੰਪੋਰਟੈਂਟ ਬੋਡੀ ਹੈ। ਇਹਨਾਂ ਦਾ ਇਸ ਬੋਡੀ ਦਾ ਨਵਾਂ ਡਾਇਰੈਕਟਰ ਜਨਰਲ ਇਹਨਾਂ ਨੂੰ ਅਪੁਆਇੰਟ ਕੀਤਾ ਗਿਆ। ਅਗਲੀ ਨਿਊਜ਼ ਆ ਗਈ ਜੀ ਦੱਤਾ ਪਗ ਸਲਗੱਗੀਕਰ, ਪੁੱਠਾ ਜਿਹਾ ਨਾਮ ਹੈ ਤੁਸੀਂ ਪੜ੍ਹ ਲਿਓ, ਇਹਨਾਂ ਨੂੰ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਪੁਆਇੰਟ ਕੀਤਾ ਗਿਆ ਆਪਣੇ ਇੰਡੀਆ ਦਾ। ਇਹ ਪੋਸਟ ਬਹੁਤ ਹੀ ਉੱਚੀ ਹੁੰਦੀ ਹੈ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆਪਣੇ ਇੰਡੀਆ ਦਾ ਕੌਣ ਹੈ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋ, ਤੇ ਇਹਨਾਂ ਨੂੰ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਪੁਆਇੰਟ ਕੀਤਾ ਗਿਆ। ਅਗਲੀ ਨਿਊਜ਼ ਆ ਗਈ 28ਵਾਂ ਵਿਆਸ ਸਨਮਾਨ, ਜਿਹੜਾ ਕਿ 2018 ਸੀ, 2018 ਦਾ ਸੀ, ਉਹ ਹੁਣ ਦਿੱਤਾ ਗਿਆ ਕਿਹਨੂੰ, ਲੀਲਾਧਾਰ ਜਾਗੜੀ ਨੂੰ। ਇਹਨਾਂ ਦੀ ਪੁਆਇੰਟ ਦੀ ਕਲੈਕਸ਼ਨ ਸੀ ਉਹਦਾ ਨਾਮ ਸੀਗਾ ਜਿਤਨੇ ਲੋਕ ਉਤਨੇ ਪ੍ਰੇਮ, ਉਹਦੇ ਲਈ ਇਹਨਾਂ ਨੂੰ 28ਵਾਂ ਵਿਆਸ ਸਨਮਾਨ ਦਿੱਤਾ ਗਿਆ। ਹੁਣ ਵਿਆਸ ਸਨਮਾਨ ਬਾਰੇ ਆਪਾਂ ਕੁਝ ਕੁ ਗੱਲਾਂ ਕਰ ਲਈਏ। ਇਹ ਜਿਹੜਾ ਕੁਝ ਮੈਂ ਐਕਸਟਰਾ ਬੋਲਦਾ ਇਹ ਤੁਸੀਂ ਲਿਖ ਲਿਆ ਕਰੋ, ਕੰਮ ਆਉਣਗੀਆਂ, ਕਿਉਂਕਿ ਕਈ ਵਾਰ ਇਹਨਾਂ ਗੱਲਾਂ 'ਚ ਵੀ ਕੁਐਸਚਨ ਬਣ ਜਾਂਦਾ। ਵਿਆਸ ਸਨਮਾਨ ਨੂੰ 1991 ਦੇ ਵਿੱਚ ਸਟਾਰਟ ਕੀਤਾ ਗਿਆ ਸੀ। KK ਬਿਰਲਾ ਫਾਊਂਡੇਸ਼ਨ ਦੁਆਰਾ ਇਸ ਸਨਮਾਨ ਨੂੰ ਦਿੱਤਾ ਜਾਂਦਾ ਹੈ। 4 ਲੱਖ ਇਹਦੀ ਪ੍ਰਾਈਜ਼ ਮਨੀ ਹੈ, ਕੁਝ ਕੁ ਸਾਈਟੇਸ਼ਨ ਵੀ ਦਿੰਦੇ ਨੇ ਨਾਲ, ਤੇ ਉਸ ਤੋਂ ਇਲਾਵਾ ਇਹ ਦਿੱਤਾ ਕਦੇ ਲਈ ਜਾਂਦਾ ਹੈ, ਇਹ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਜਿਹੜੇ ਕਿ ਹਿੰਦੀ ਲਿਟਰੇਚਰ ਦੇ ਲਈ ਕੰਮ ਕਰਦੇ ਨੇ, ਤੇ ਉਹਨਾਂ ਦਾ ਜਿਹੜਾ ਲਿਟਰੇਚਰ ਹੁੰਦਾ ਪਿਛਲੇ 10 ਸਾਲਾਂ ਦੇ ਵਿੱਚ ਪਬਲਿਸ਼ ਹੋਇਆ ਹੋਣਾ ਚਾਹੀਦਾ, ਜਾਣ ਕਿ 10 ਸਾਲ ਉਹਨੂੰ ਪਬਲਿਸ਼ ਹੋਏ ਨੂੰ ਹੋਣੇ ਚਾਹੀਦੇ ਨੇਗੇ, ਤਾਂ ਕਰਕੇ ਉਹਨੂੰ ਵਿਆਸ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਅਗਲੀ ਨੁਜ਼ਾਕ ਜੀ ਸਪੇਨ ਕੰਟਰੀ ਹੈ ਜਿਹੜੀ, ਉਹਨੇ ਆਫਰ ਕੀਤਾ ਹੈ ਜਿਹੜਾ ਆਪਣਾ UNFCCC ਦੇ ਕਲਾਈਮੇਟ ਸਮਿਟ ਹੁੰਦੇ ਨੇ ਉਹਦੀ ਇਸ ਵਾਰ ਦੀ ਜਿਹੜੀ COP ਕਾਨਫਰੰਸ ਆਫ ਪਾਰਟੀ ਦੀ 25ਵੀਂ ਮੀਟਿੰਗ ਹੋਣੀ ਹੈ, ਉਹ ਆਫਰ ਕੀਤੀ ਹੈ ਵੀ ਅਸੀਂ ਹੋਸਟ ਕਰ ਲੈਣਗੇ। ਸਪੇਨ ਕਿਉਂ ਆਫਰ ਕਰ ਰਿਹਾ? ਕਿਉਂਕਿ ਇਹ ਜਿਹੜੀ COP 25 ਸੀਗੀ ਇਹ ਸਾਊਥ ਅਮੈਰੀਕਾ ਦੀ ਜਿਹੜੀ ਚਿਲੇ ਕੰਟਰੀ ਹੈ ਉੱਥੇ ਹੋਸਟ ਹੋਣੀ ਸੀ, ਬਟ ਉਸ ਕੰਟਰੀ ਦੇ ਵਿੱਚ ਚੱਲ ਰਹੇ ਨੇ ਪ੍ਰੋਟੈਸਟ ਜੋ ਕਿ ਮੈਂ ਬਕਾਇਦਾ ਵੀਡੀਓ ਦੇ ਵਿੱਚ ਕਵਰ ਕਰ ਚੁੱਕਿਆ। ਸੋ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਤਾਂ ਉਹ ਵੀਡੀਓ ਜ਼ਰੂਰ ਦੇਖ ਲਓ। ਉਸ ਕੰਟਰੀ ਦੇ ਵਿੱਚ ਪ੍ਰੋਟੈਸਟ ਚੱਲਣ ਕਰਕੇ ਉੱਥੇ 2 ਇੰਪੋਰਟੈਂਟ ਸਬਮਿਟ ਹੋਣੇ ਸੀ, ਇੱਕ ਤਾਂ COP 25 ਦਾ ਤੇ ਦੂਸਰਾ APEC ਸਬਮਿਟ। ਉਹ ਦੋਵੇਂ ਸਬਮਿਟ ਕੈਂਸਲ ਕਰਨੇ ਪੈ ਗਏ ਉਸ ਕੰਟਰੀ ਨੂੰ। ਸੋ ਤਾਂ ਕਰਕੇ ਸਪੇਨ ਹੁਣ ਕਹਿ ਰਿਹਾ ਵੀ ਅਸੀਂ ਇਸ ਸਬਮਿਟ ਨੂੰ ਆਰਗੇਨਾਈਜ਼ ਕਰਾ ਲਾਂਗੇ। ਅਗਲੀ ਨਿਊਜ਼ ਲੈਬਨਨ ਕੰਟਰੀ ਹੈਗੀ, ਇਹਦੇ ਵਿੱਚ ਵੀ ਪ੍ਰੋਟੈਸਟ ਚੱਲ ਰਹੇ ਨੇਗੇ ਕਿਉਂਕਿ ਇਸ ਕੰਟਰੀ ਦੇ ਵਿੱਚ ਇਕਨੋਮਿਕ ਕ੍ਰਾਈਸਿਸ ਕਾਫੀ ਜ਼ਿਆਦਾ ਨੇ। ਉਸ ਤੋਂ ਇਲਾਵਾ ਵਟਸਐਪ ਦੇ ਉੱਪਰ ਵੀ ਸਰਕਾਰ ਨੇ ਟੈਕਸ ਲਗਾਤਾ, ਤਾਂ ਕਰਕੇ ਲੋਕ ਸੜਕਾਂ ਦੇ ਉੱਤੇ ਉਤਰ ਆਏ, ਤਾਂ ਕਰਕੇ ਇਸ ਕੰਟਰੀ ਜਿਹੜੇ ਪ੍ਰਧਾਨ ਮੰਤਰੀ ਨੇ ਸਾਦ ਅਲ ਹਰਾਰੀ ਇਹਨਾਂ ਨੇ ਰਿਜ਼ਾਈਨ ਕਰਤਾ। ਇਹਨਾਂ ਦਾ ਨਾਮ ਤੁਹਾਡੇ ਤੋਂ ਪੁੱਛ ਸਕਦੇ ਨੇ ਲੈਬਨਨ ਦੇ ਪ੍ਰਾਈਮ ਮਿਨਿਸਟਰ ਕੌਣ ਨੇਗੇ, ਠੀਕ ਹੈ, ਤਾਂ ਕਰਕੇ ਇਹੋ ਜਿਹੇ ਕੁਐਸਚਨ ਬਣ ਜਾਂਦੇ ਨੇ। ਕੁਐਸਚਨ ਪੁੱਛਦਾ ਮੈਂ ਤੁਹਾਡੇ ਤੋਂ, ਲੈਬਨਨ ਕੰਟਰੀ ਦਾ ਬਾਰਡਰ ਕੀ ਮੈਡੀਟੇਰੀਅਨ ਸੀ ਦੇ ਨਾਲ ਟੱਚ ਕਰਦਾ ਜਾਂ ਨਹੀਂ? ਇਹਦਾ ਆਨਸਰ ਕਮੈਂਟ ਬਾਕਸ ਦੇ ਵਿੱਚ ਲਿਖੋ। ਅਗਲੀ ਨਿਊਜ਼, ਕੇਰਲਾ ਦੇ ਗਵਰਨਰ ਆਰਿਫ ਮੁਹੰਮਦ ਖਾਨ ਇਹਨਾਂ ਨੇ 3rd ਗਲੋਬਲ ਆਯੁਰਵੇਦਾ ਸਮਿਟ ਇਹਨੇ ਇਨੈਗੁਰੇਟ ਕੀਤਾ ਕੋਚੀ ਵਿਖੇ, ਕੇਰਲਾ ਵਿਖੇ। ਇਹ ਹਰ ਸਾਲ ਇੱਥੇ ਹੀ ਹੁੰਦਾ, ਇੰਪੋਰਟੈਂਟ ਸਮਿਟ ਹੈ, ਪੇਪਰ ਦੇ ਵਿੱਚ ਪੁੱਛਿਆ ਜਾਂਦਾ। ਅਗਲੀ ਨਿਊਜ਼ ਆ ਗਈ ਵਰਲਡ ਵੀਗਨ ਡੇ, ਹਰੇਕ ਸਾਲ 1 ਨਵੰਬਰ ਨੂੰ ਮਨਾਇਆ ਜਾਂਦਾ ਜੀ ਵਰਲਡ ਵੀਗਨ ਡੇ। ਹੁਣ ਵੀਗਨ ਤੇ ਵੈਜੀਟੇਰੀਅਨ ਦੇ ਵਿੱਚ ਫਰਕ ਕੀ ਹੁੰਦਾ? ਵੈਜੀਟੇਰੀਅਨ ਆਪਾਂ ਸਾਰੇ ਹੋ ਗਏ, ਜਿਹੜੇ ਨਾਨ ਵੈਜ ਨਹੀਂ ਖਾਂਦੇ ਉਹ ਲੋਕ ਤਾਂ ਹੋ ਗਏ ਜੀ ਵੈਜੀਟੇਰੀਅਨ, ਬਟ ਵੀਗਨ ਪਰਸਨ ਕੌਣ ਹੁੰਦਾ? ਵੀਗਨ ਉਹ ਹੁੰਦਾ ਜੀ ਜਿਹੜਾ ਵੈਜੀਟੇਰੀਅਨ ਤਾਂ ਹੁੰਦਾ ਹੀ ਹੈ, ਯਾਨੀ ਕਿ ਉਹ ਮੀਟ ਮੱਛੀ ਤਾਂ ਖਾਂਦਾ ਨਹੀਂ ਹੈਗਾ, ਬਟ ਕੋਈ ਐਨੀਮਲ ਤੋਂ ਬਣਿਆ ਹੋਇਆ ਕੋਈ ਵੀ ਪ੍ਰੋਡਕਟ ਹੋਵੇ ਉਹਦੀ ਵਰਤੋਂ ਵੀ ਨਹੀਂ ਕਰਦਾ। ਯਾਨੀ ਕਿ ਐਨੀਮਲ ਦੀ ਫਰਜ਼ ਕਰੋ ਕਿਸੇ ਗੋਟ ਕਿਸੇ ਬੱਕਰੀ ਭੇਡ ਦੀ ਜਿਹੜੀ ਖੱਲ ਹੁੰਦੀ ਹੈ ਉਹ ਤੋਂ ਜਿਹੜਾ ਵੀ ਸ਼ੋਲ ਵਗੈਰਾ ਬਣਦਾ ਪਸ਼ਮੀਨਾ ਸ਼ੋਲ, ਨਾ ਤਾਂ ਇਹੋ ਜਿਹੇ ਪ੍ਰੋਡਕਟ ਵਰਤਦੇ ਨੇ ਉਹ, ਨਾ ਕੋਈ ਐਨੀਮਲ ਪ੍ਰੋਡਕਟ ਜਿਹੜਾ ਕਿ ਕਿਸੇ ਸੋਪ ਜਾਂ ਫੇਸ ਵਾਸ਼ ਕਿਸੇ ਵੀ
ਆਈਟਮ ਦੇ ਵਿੱਚ ਪੈਂਦਾ ਤਾਂ ਉਹ ਸਾਰੇ ਪ੍ਰੋਡਕਟਸ ਨੂੰ ਵੀ ਇਹ ਵਰਤਦੇ ਨਹੀਂ ਹੈਗੇ, ਦੁੱਧ ਮੱਖਣ ਇਹ ਚੀਜ਼ਾਂ ਨੂੰ ਨਹੀਂ ਖਾਂਦੇ, ਇਹ ਹੁੰਦੇ ਨੇ ਜੀ ਵੀਗਨ ਲੋਕ। ਬਸ ਇੱਕ ਕਨਫਿਊਜ਼ ਨਾ ਹੋਇਓ, ਵਰਲਡ ਵੈਜੀਟੇਰੀਅਨ ਡੇ 1 ਅਕਤੂਬਰ ਹੁੰਦਾ ਤੇ ਵਰਲਡ ਵੀਗਨ ਡੇ 1 ਨਵੰਬਰ ਹੁੰਦਾ। ਅਗਲੀ ਨੂੰ ਪਾਕਿਸਤਾਨ ਦੀ ਸਰਕਾਰ ਨੇ 50 ਰੁਪਏ ਦਾ ਕੋਇਨ ਰਿਲੀਜ਼ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ 550ਵੀਂ ਬਰਥ ਐਨਵਰਸਰੀ ਨੂੰ ਕਮੈਮੋਰੇਟ ਕਰਨ ਦੇ ਲਈ। ਅਗਲੀ ਨਿਊਜ਼, ਵਰਲਡ ਸਿਟੀਜ਼ ਡੇ 31 ਅਕਤੂਬਰ ਨੂੰ ਇਹ ਦਿਨ ਮਨਾਇਆ ਜਾਂਦਾ, ਇੰਪੋਰਟੈਂਟ ਡੇ ਹੈ ਕਿਉਂਕਿ ਯੂਨਾਈਟਿਡ ਨੇਸ਼ਨ ਦੁਆਰਾ ਅਬਜ਼ਰਵ ਕੀਤਾ ਜਾਂਦਾ, ਕਿਉਂਕਿ ਜਿਹੜੇ ਆਪਣੇ 17 ਸਸਟੇਨੇਬਲ ਡਿਵੈਲਪਮੈਂਟ ਗੋਲਸ ਨੇ ਉਹਦੇ ਵਿੱਚੋਂ ਇੱਕ ਗੋਲ ਇਹ ਹੈ ਜੀ ਵੀ ਸਿਟੀ ਜਿਹੜਾ ਇਹਨਾਂ ਅਰਬਨ ਡਿਵੈਲਪਮੈਂਟ ਹੈਗੀ ਇਹ ਵੀ ਕਰਾਉਣੀ ਹੈ, ਇਹ ਵੀ ਸਸਟੇਨੇਬਲ ਡਿਵੈਲਪਮੈਂਟ ਗੋਲ ਦਾ ਇੱਕ ਪਾਰਟ ਹੈਗਾ, ਤਾਂ ਕਰਕੇ ਇੰਪੋਰਟੈਂਟ ਹੈ। ਥੀਮ ਇਹਦਾ ਇਸ ਵਾਰ ਹੈਗਾ ਜੀ ਚੇਂਜਿੰਗ ਦਾ ਵਰਲਡ, ਇਨੋਵੇਸ਼ਨ ਐਂਡ ਬੈਟਰ ਲਾਈਫ ਫੋਰ ਫਿਊਚਰ ਜਨਰੇਸ਼ਨ। ਲਾਸਟ ਨਿਊਜ਼, ਫੇਸਬੁੱਕ ਨੇ ਇੱਕ ਪ੍ਰੀਵੈਂਟਿਵ ਹੈਲਥ ਟੂਲ US ਦੇ ਵਿੱਚ ਲਾਂਚ ਕੀਤਾ ਜਿਹੜਾ ਕਿ ਲੋਕਾਂ ਨੂੰ ਹੈਲਪ ਕਰੂਗਾ ਹੈਲਥ ਸੋਰਸਿਸ ਦੇ ਲਈ ਵੀ ਕਿੱਥੇ ਤੁਹਾਡੀ ਨੀਅਰੈਸਟ ਜਿਹੜੀ ਹੈਲਥ ਤੁਹਾਡੇ ਉੱਥੇ ਸਰਵਿਸ ਹੈਗੀ ਜਿੱਥੇ ਤੁਸੀਂ ਜਾ ਕੇ ਹੈਲਥ ਸਰਵਿਸ ਅਵੇਲ ਕਰਵਾ ਸਕਦੇ ਹੋ ਤੇ ਲੋਕਾਂ ਨੂੰ ਚੈੱਕਅਪ ਦੇ ਲਈ ਰਿਮਾਈਂਡਰ ਵੀ ਦਿੰਦਾ ਰਹੂਗਾ ਇਹ ਹੈਲਥ ਟੂਲ, ਇਹਨੂੰ ਫੇਸਬੁੱਕ ਨੇ US ਦੇ ਵਿੱਚ ਲਾਂਚ ਕੀਤਾ। ਸੋ ਇਹ ਸੀ ਆਪਣਾ ਸਾਰਾ ਅੱਜ ਦਾ ਐਨਾਲਿਸਿਸ, ਮਿਲਦਾ ਕੱਲ ਦੀ ਨਿਊਜ਼ ਦੇ ਨਾਲ। ਵੀਡੀਓ ਥੋੜੀ ਜਿਹੀ ਲੰਬੀ ਹੋ ਜਾਂਦੀ ਹੈ, ਮੇਰੀ ਵੀ ਮਜਬੂਰੀ ਹੋ ਜਾਂਦੀ ਹੈ ਕਿਉਂਕਿ ਟੌਪਿਕ ਇੰਪੋਰਟੈਂਟ ਹੁੰਦੇ ਨੇ, ਸਮਝਾਉਣੇ ਵੀ ਜ਼ਰੂਰੀ ਹੁੰਦੇ ਨੇ। ਸੋ ਤੁਸੀਂ, ਮੈਂ ਤਾਂ ਬੇਨਤੀ ਇਹ ਕਰਦਾ ਜੇ ਆਪਣੀ ਰੋਜ਼ ਤੁਸੀਂ 20 ਮਿੰਟ ਦੇ ਸਕਦੇ ਹੋ ਤਾਂ ਤੁਹਾਡਾ ਕੁਝ ਨਹੀਂ ਜਾਂਦਾ ਹੈਗਾ, ਤੁਹਾਡੇ ਪਿੱਛੇ ਹੀ ਮੈਂ ਮਿਹਨਤ ਕਰਦਾ, ਸੋ ਇਹਨਾਂ ਦੇ ਵਿੱਚ ਤੁਹਾਡਾ ਸਾਰਿਆਂ ਦਾ ਹੀ ਭਲਾ ਹੈਗਾ। ਸੋ ਇੱਦਾਂ ਹੀ ਪੜ੍ਹਦੇ ਰਹੋ, ਮਿਲਦਾ ਕੱਲ੍ਹ ਦੇ ਨਿਊਜ਼ ਦੇ ਨਾਲ, ਧੰਨਵਾਦ।